ਕਰੋ। ਹਾਏ ਬੂ। ਹਾਂਜੀ ਅਤੇ ਸਤਿ ਸ਼੍ਰੀ ਅਕਾਲ ਸਾਜਣੇ, ਕਿਵੇਂ? ਉਮੀਦ ਕਰਦੇ ਹਾਂ ਕਿ ਠੀਕ ਹੋਵੋਗੇ। ਨਵਾਂ ਦਿਨ, ਨਵੀਂ ਸ਼ੁਰੂਆਤ, 2 ਦਿਨ ਹੋ ਗਏ ਵਲੋਗ ਨਹੀਂ ਪਿਆ, ਕੁਛ ਰੀਜ਼ਨ ਕਰਕੇ ਵਲੋਗ ਨਹੀਂ ਆ ਰਿਹਾ ਸੀਗਾ। ਅਤੇ ਅਵਨੀਤ ਅੱਜ ਰੀਲਸ ਬਣਾਉਣ ਲੱਗੀ ਹੈ, ਰਿੰਗ ਲਾਈਟ ਲਗਾ ਕੇ। ਕਿੱਦਾਂ ਕਿੱਦਾਂ ਕਰਨਾ ਹਾਏ ਬੂ? ਤੇ ਕਿੱਦਾਂ ਕਰੂਗਾ ਹਾਏ ਬੂ? ਰਿੰਗ ਲਾਈਟ ਲਗਾ ਕੇ ਨਹੀਂ ਤਾਂ ਕਰੂਗਾ ਹਾਏ ਬੂ, ਹਾਏ ਬੂ, ਇਹ ਤਮਾਸ਼ਾ ਤੇਰਾ ਨੀਤੇ ਦਾ ਕਲੇਸ਼ ਤੇ ਸੇ ਆਪਾ ਹਾਏ ਬੂ। ਦੇਖ ਲਓ ਅਵਨੀਤ ਆਪੇ ਰਿੰਗ ਲਾਈਟ ਨਾਲ ਲਾਈਟ ਚੇਂਜ ਕਰ ਲੈਂਦਾ ਹੈ, ਡਾਂਸੀਆਂ ਡਾਂਸੀਆਂ ਕਰ ਲੈਂਦਾ ਹੈ। ਲਾਈਟ ਚੇਂਜ ਕਰੋ ਅਵਨੀਤ, ਲਾਈਟ ਚੇਂਜ। ਚਲੋ ਡਾਂਸ ਹੀ ਕਰੋ ਹੁਣ, ਹਾਏ ਬੂ ਹਾਏ ਬੂ, ਚਲੋ ਕਰੋ। ਜੇ ਤੂੰ ਨੱਚੀ ਸਾਡੇ ਨਾ ਕਿੱਦਾਂ ਕਾਦੋ ਭਾਜੀ, ਡਾਂਸੀਆਂ ਡਾਂਸੀਆਂ ਡਾਂਸੀ। ਅੱਛਾ ਕਿੱਦਾਂ ਚੁੰਨੀ ਪਾ ਕੇ ਕਰੋ, ਹਾਏ ਬੂ ਹਾਏ ਬੂ, ਇਹ ਤਮਾਸ਼ਾ। ਅਤੇ ਬਸ ਉੱਦਾਂ ਹੀ ਮੈਂ ਟਾਈਮ ਪਾਸ ਕਰਨ ਲਈ ਅਵਨੀਤ ਨੂੰ ਰਿੰਗ ਲਾਈਟ ਲਗਾ ਦਿੱਤੀ, ਕਿਉਂਕਿ ਇਹ ਸੌ ਨਹੀਂ ਰਹੀ ਸੀ। ਇਹ ਦਾਦਾ ਦਾਦੀ ਪਰੇਸ਼ਾਨ ਹੋ ਰਹੇ ਸੀਗੇ, ਕਿਉਂਕਿ ਉਹਨਾਂ ਨੇ ਇਸ ਟਾਈਮ ਸੋਹਣਾ ਹੁੰਦਾ ਆ ਅਤੇ ਮੈਂ ਵੀ ਸੋਹਣਾ ਹੁੰਦਾ, ਪਰ ਮੈਨੂੰ ਇਹ ਸੌ ਨਹੀਂ ਦਿੰਦੀ। ਚੁੰਨਾਂ ਦੇ ਘਰ ਨਿੱਕੇ ਨਿੱਕੇ ਬੱਚੇ ਆ, ਉਹ ਸਭ ਜਾਣਦੇ ਆ ਕਿ ਬੱਚਿਆਂ ਦੇ ਨਾਲ ਨੀਂਦ ਕਰਨੀ ਬਹੁਤ ਮੁਸ਼ਕਲ ਹੈ। ਪਾਪਾ ਕਿੱਥੋਂ ਆ ਗਏ ਭਾਜੀ? ਹੈਂ ਕੀ ਕਹਿੰਦੀ? ਵੀਡੀਓ ਕਾਲ? ਹਾਂ ਵੀਡੀਓ ਕਾਲ ਹੈ ਪਾਪਾ ਦੀ। ਆਵਾਜ਼ ਦਿਓ ਕਿ ਪਾਪਾ ਜੀ ਕਹਿੰਦੇ ਆ ਡੇਟ, ਇਹ ਤਾਂ ਕਹਿੰਦੇ ਆ ਡੇਟ। ਜਦੋਂ ਵੀ ਇਹ ਕੋਈ ਚੀਜ਼ ਹੋਊਗੀ ਨਾ, ਟਿੰਗ ਟਿੰਗ ਆ ਲਓ, ਟਿੰਗ 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 ਟਿੰਗ, ਜਦੋਂ ਵੀ ਕੋਈ ਚੀਜ਼ ਹੋਏਗੀ ਨਾ ਅਵਨੀਤ, ਮੈਨੂੰ ਪਾਪਾ ਨੂੰ ਕਹਿੰਦਾ ਆ ਡੇਟ ਆ ਡੇਟ, ਦੇਖ ਨਹੀਂ ਕਹਿੰਦੀ ਆ ਡੇਟ। ਅਤੇ ਬਾਕੀ ਰਿੰਗ ਲਾਈਨ ਦੇ ਨਾਲ ਜਿਹੜੇ ਵਲੋਗਰਸ ਆ ਉਹਨਾਂ ਨੂੰ ਪਤਾ ਆ ਰੀਲਸ ਵਗੈਰਾ ਬਹੁਤ ਸੋਹਣੀਆਂ ਬਣਦੀਆਂ ਆ, ਅਤੇ ਮੈਂ ਤਾਂ ਆਹ ਵਾਲੀ ਲਾਈਟ ਜ਼ਿਆਦਾ ਪਸੰਦ ਕਰਦੀ ਹਾਂ, ਅਤੇ ਰਿੰਗ ਲਾਈਟ ਲੱਗੀ ਹੈ ਅਤੇ ਵੀਡੀਓ ਵੀ ਸੋਹਣੀ ਬਣਦੀ ਹੈ। ਅਤੇ ਬਾਕੀ ਗੱਲ ਇੱਦਾਂ ਹੈ ਕਿ ਹੁਣ ਅਸੀਂ ਟਾਈਮ ਪਾਸ ਤਾਂ ਕਰਨਾ ਹੀ ਸੀਗਾ ਸਵੇਰ ਦੇ, ਬਸ ਲੋਕ ਮੈਂ ਜਲਦੀ ਉੱਠ ਗਈ ਸੀਗੀ, ਅੱਜ ਕੰਮ ਕੁੰਮ ਕਰਕੇ ਸਾਰਾ ਅਸੀਂ ਵਿਹਲੇ ਹੋ ਗਏ। ਅਵਨੀਤ ਸ਼ਰਾਰਤਾਂ, ਇੱਕ ਨੋਰਮਲ ਕੈਮਰੇ ਦੇ ਨਾਲ ਅਤੇ ਇੱਕ ਰਿੰਗ ਲਾਈਟ ਦੇ ਨਾਲ ਫਰਕ ਬਹੁਤ ਪੈਂਦਾ। ਮੈਂ ਤਾਂ ਵੈਸੇ ਵਲੋਗ ਕਰਕੇ ਨਹੀਂ, ਮੈਂ ਤਾਂ ਰੀਲਸ ਬਣਾਉਣ ਲੱਗੀ ਸੀਗੀ, ਟਾਈਮ ਪਾਸ ਕਰਨ ਲੱਗੀ ਸੀਗੀ। ਫਿਰ ਮੈਂ ਕਿਹਾ ਚਲੋ ਇੱਕ ਕਲਿੱਪ ਲਿਆ ਜਾਵੇ, ਕਿਉਂਕਿ ਨੀਤੇ ਨੇ ਵੀ ਡਾਂਸੀ ਕਰ ਡਾਂਸੀਆਂ ਕਰਨੀ ਆ ਜੀ। ਹਾਂਜੀ ਅਤੇ ਮੋਰਨਿੰਗ ਆ, ਅਤੇ ਅਸੀਂ ਚੱਲੇ ਸੀ ਨਾਨੀ ਹਾਊਸ। ਅਵਨੀਤ ਦੇ ਇੱਕਦਮ ਪਲੈਨ ਬਣਿਆ, ਕਿਉਂਕਿ ਮੈਨੂੰ ਥੋੜ੍ਹਾ ਮਾਰਕੀਟ ਦਾ ਕੰਮ ਸੀਗਾ ਅਤੇ ਮੈਂ ਜਾਣਾ ਸੀ, ਰੈਡੀ ਰੈਡੀ ਮੈਂ ਹੋ ਗਈ। ਕਿੱਥੇ ਚੱਲੇ ਆਪਾਂ? ਕਿੱਥੇ ਚੱਲੇ? ਕਿੱਥੇ ਚੱਲੇ? ਕਿੱਥੇ ਚੱਲੇ? ਨਾਨੀ ਘਰ, ਨਾਨੀ ਘਰ ਚੱਲੇ ਹਾਂ ਭਾਵਾ, ਨਾਨੀ ਕੀ ਬਾਏ। ਅੱਜ ਮੌਸਮ ਬਹੁਤ ਜ਼ਿਆਦਾ ਵਧੀਆ ਹੋਇਆ ਪਿਆ ਅਤੇ ਅਸੀਂ ਚੱਲੇ ਨਾਨੀ ਘਰ। ਮੰਮੀ ਦਾ ਦਿਲ ਲੱਗ ਜੂਗਾ ਅਵਨੀਤ ਬਿਨਾ? ਮੰਮੀ ਲੱਗ ਤੁਹਾਡਾ ਦਿਲ? ਮੰਮੀ ਕਹਿੰਦੇ ਮੈਨੂੰ ਹੋਰ ਤਰ੍ਹਾਂ ਹੋਈ ਜਾਂਦੀ ਵੀ ਅਵਨੀਤ ਚੱਲੀ ਆ। ਚੱਲੇ ਆਪਾਂ ਸਿਰਫ 2 ਡੇਜ਼ ਲਈ ਹਾਂ, ਅਸੀਂ ਫਿਰ ਆਵਾਂਗੇ, ਉਸ ਤੋਂ ਬਾਅਦ ਮੈਂ ਜ਼ਿਆਦਾ ਦੇਰ ਲਈ ਰਹਿਣ ਜਾਊਂਗੀ, ਹਜੇ ਲਈ ਤਾਂ ਮੈਂ 2 ਦਿਨ ਲਈ ਚੱਲੀ। ਉਹ ਕਹਿੰਦੇ ਮੇਰਾ ਦਿਲ ਨਹੀਂ ਲੱਗਣਾ, ਤੁਸੀਂ ਨਾ ਜਾਓ, ਕਿ ਤੁਸੀਂ ਵੀ ਨਾਲ ਚਲੋ। ਕਹਿ ਕਿੱਦਾਂ ਦੀ ਚੱਲੀ? ਹੁਣ ਅਸੀਂ ਬਸ ਚਲੋ, ਬਾਕੀ ਮੈਂ ਨਿਕਲਦੀ ਹਾਂ, ਲੇਟ ਨਾ ਹੋ ਜਾਈਏ, ਅਤੇ ਫਿਰ ਅਸੀਂ ਹੁਣ ਜਾ ਕੇ ਮਾਰਕੀਟ ਵਗੈਰਾ ਜਾਣਾ। ਕਿਤੇ ਪਾਓ ਸਲਿੱਪਰ ਪਾਓ ਆਪਣੇ, ਅਤੇ ਬਾਕੀ ਚਲੋ ਚਲੀਏ, ਲੇਟ ਹੋ ਜਾਵਾਂਗੇ, ਫਿਰ ਕਰਦੇ ਹਾਂ।
ਹਾਂਜੀ ਤੇ ਅਸੀਂ ਆ ਗਏ ਸੀਗੇ ਨਾਨੀ ਘਰ ਅਵਨੀਤ ਦੇ। ਅਵਨੀਤ ਜ਼ਿਆਦਾ ਸੌਂ ਗਈ, ਆਉਂਦੇ ਹੀ ਅਸੀਂ ਮਾਰਕੀਟ ਚਲੇ ਗਏ, ਸ਼ੋਪਿੰਗ ਕਰਕੇ ਆਏ ਹਾਂ। ਥੋੜ੍ਹੀ ਜਿਹੀ ਸ਼ੋਪਿੰਗ ਹੋਣ ਵਾਲੀ ਸੀਗੀ ਅਤੇ ਮੈਂ ਆਈ ਵੀ ਜਲਦੀ ਤਾਂ ਸੀ, ਇੱਕ ਮੈਨੂੰ ਵਿਆਹ ਆ ਗਿਆ, ਦੂਸਰਾ ਮੈਂ ਕਿਤੇ ਜਾਣਾ ਸੀਗਾ ਅਤੇ ਸ਼ੋਪਿੰਗ ਕਰਕੇ ਆਏ ਹਾਂ। ਹੁਣ ਨਾਨੀ ਸੌਂ ਗਈ ਹੈ ਸ਼ੋਪਿੰਗ ਕਰਕੇ, ਹੁਣ ਅਸੀਂ ਥੋੜ੍ਹਾ ਰੈਸਟ ਕਰਾਂਗੇ ਫਿਰ ਗੱਲ ਕਰਦੇ। ਅਵਨੀਤ ਲੈਣ ਆਈ ਹੈ ਕੁਲਫੀ। ਅਵਨੀਤ ਕੀ ਖਾਊਗਾ? ਹਾਂਜੀ ਤੇ ਅਸੀਂ ਕੱਲ ਚਲੇ ਗਏ ਸ਼ੋਪਿੰਗ ਕਰਨ ਤੇ ਮੈਂ ਆ ਕੇ ਥੱਕ ਗਈ ਬਹੁਤ ਜ਼ਿਆਦਾ, ਕਿਉਂਕਿ ਮੈਂ ਪਿੱਛੋਂ ਭੋਗਪੁਰ ਤੋਂ ਆਈ ਸੀਗੀ ਅਤੇ ਡੈਡੀ ਮੈਨੂੰ ਛੱਡ ਗਏ ਸੀਗੇ ਹਾਫ ਰਸਤੇ ਤੱਕ। ਫਿਰ ਮੈਂ ਅੱਗੋਂ ਉਹਨਾਂ ਨੂੰ ਕਿਹਾ ਧੁੱਪ ਬਹੁਤ ਜ਼ਿਆਦਾ ਆ ਅਤੇ ਫਿਰ ਮੈਂ ਬੱਸ 'ਤੇ ਚਲ ਜਾਊਂਗੀ, ਤੁਸੀਂ ਚਲ ਜਾਓ। ਫਿਰ ਉਸ ਤੋਂ ਬਾਅਦ ਮੈਂ ਆ ਗਈ ਅਤੇ ਥਕਾਵਟ ਹੋ ਗਈ ਬਹੁਤ ਜ਼ਿਆਦਾ। ਫਿਰ ਅਸੀਂ ਆਉਂਦੇ ਹੀ ਸ਼ੋਪਿੰਗ ਕਰਨ ਚਲੇ ਗਏ, ਸ਼ੋਪਿੰਗ ਕਰਕੇ ਆਏ ਹਾਂ ਅਤੇ ਇੱਕ ਪਾਰਟੀ ਦੇ ਵੀ ਜਾਣਾ ਸੀਗਾ ਅਤੇ ਉਹਦੇ ਲਈ ਸ਼ੋਪਿੰਗ ਵੀ ਜ਼ਰੂਰੀ ਸੀਗੀ ਅਤੇ ਫਿਰ ਬਾਲੀ ਭਾਈ ਦਾ ਵਿਆਹ ਆ ਗਿਆ, ਦੀਪ ਦੇ ਫਰੈਂਡ ਦਾ, ਅਤੇ ਦੀਪ ਤਾਂ ਜਾ ਨਹੀਂ ਸਕਦੇ, ਉਹਨਾਂ ਦਾ ਜਿਹੜਾ ਵਿਆਹ ਆ ਉਹ ਅਸੀਂ ਅਟੈਂਡ ਕਰਾਂਗੇ। ਮੈਂ ਆ ਗਈ ਹਾਂ, ਅੱਜ ਜਾਗੋ ਆ, ਪਰ ਸਾਡੇ ਕੋਲ ਜਾਗੋ ਤਾਂ ਬਹੁਤ ਮੁਸ਼ਕਲ ਹੋ ਜਾਣਾ ਜਾਣਾ, ਕਿਉਂਕਿ ਦੁਬਾਰਾ ਮੰਮੀ ਨੂੰ ਉੱਥੋਂ ਆਉਣਾ ਵੀ ਬੜਾ ਮੁਸ਼ਕਲ ਹੋ ਜਾਣਾ। ਤੁਸੀਂ ਨਾਈ ਨਾਈ ਕਰਕੇ ਅੰਦਰ ਕਿੱਦਾਂ ਆ ਗਏ ਹੈਂ? ਫਿਰ ਅਸੀਂ ਸ਼ੋਪਿੰਗ ਕਰਕੇ ਆਏ ਅਤੇ ਕੁਝ ਖਾਣ ਲੱਗ ਗਏ। ਅਸੀਂ ਬੇਲਪੁੜੀ ਖਾਧੀ, ਬਹੁਤ ਟੇਸਟੀ ਸੀਗੀ ਅਤੇ ਥੋੜ੍ਹੇ ਬਹੁਤੇ ਇੱਦਾਂ ਸੀਗੇ ਜਿਹੜੇ ਮੇਰੇ ਕੁੜਤੇ ਲੈਣ ਵਾਲੇ ਸੀਗੇ। ਫਿਰ ਮੈਂ ਭੋਗਪੁਰ ਵੀ ਮਾਰਕੀਟ ਜਾਣਾ, ਉੱਧਰ ਅਸੀਂ ਗਏ ਨਹੀਂ। ਦੀਪ ਨੇ ਮੈਨੂੰ ਇੱਕ ਸ਼ੋਪ ਦੱਸੀ ਹੈ ਭੋਗਪੁਰ, ਆਈ ਥਿੰਕ ਕਿਡਸ ਕੋਈ ਇੱਦਾਂ ਸ਼ੋਪ ਹੈ ਨਾਮ ਦਾ, ਤਾਂ ਅਸੀਂ ਗਏ ਨਹੀਂ। ਬਾਕੀ ਦੀਪ ਅਜੇ ਸੁੱਤੇ ਹੋਏ ਆ, ਉਹਨਾਂ ਨਾਲ ਮੇਰੀ ਗੱਲ ਬਹੁਤ ਘੱਟ ਹੋਈ ਕੱਲ੍ਹ ਦੀ, ਤੁਹਾਨੂੰ ਪਤਾ ਹੀ ਆ ਪੇਕੇ ਆ ਕੇ ਬੰਦਾ ਰੈਸਟ ਹੀ ਮਾਰਦਾ। ਇਸ ਟਾਈਮ ਮੈਂ ਆਪਣਾ ਕੰਮ ਕੁੰਮ ਕਰਕੇ ਵਿਹਲੀ ਹੋਈ ਹੁੰਦੀ ਹਾਂ ਅਤੇ ਇੱਥੇ ਉੱਠ ਕੇ ਮੈਂ ਬ੍ਰੇਕਫਾਸਟ ਕਰ ਲਿਆ ਸੀ, ਬਣਾਏ ਸੀ ਰਾਜਮਾਂਹ ਅਤੇ ਬ੍ਰੇਕਫਾਸਟ ਕਰਕੇ ਅਵਨੀਤ ਨਾ ਰਹੀ ਹੈ। ਕਦੀ ਸੋਚ ਰਹੇ ਹਾਂ ਜਾਗੋ 'ਤੇ ਜਾਈਏ, ਕਦੀ ਸੋਚ ਰਹੇ ਨਾ ਜਾਈਏ, ਕਿਉਂਕਿ ਆਉਣਾ ਜਾਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਹੁਣ ਅਸੀਂ ਕੱਲ੍ਹ ਵਿਆਹ ਹੀ ਦੇਖਾਂਗੇ ਅਤੇ ਵਿਆਹ ਦਾ ਵਲੋਗ ਤੁਹਾਨੂੰ ਛੇਤੀ ਮਿਲੂਗਾ। ਹੁਣ ਮੈਂ ਸੋਚ ਰਹੀ ਸੀਗੀ ਜੋ ਵੀ ਮੇਰਾ ਸਮਾਨ ਲਿਆਉਣ ਵਾਲਾ ਹੈ ਜਾਂ ਜਿੱਦਾਂ ਵੀ ਅਸੀਂ ਕਰਕੇ ਆਪਣਾ ਅੱਜ ਦਾ ਵਲੋਗ ਕੰਪਲੀਟ ਕਰਕੇ ਪਾ ਦੇਵਾਂ। ਮੈਂ ਵੈਸੇ ਵਲੋਗ ਮਿਕਸ ਤਾਂ ਨਹੀਂ ਸਰ ਕਰਨੇ, ਕਿਉਂਕਿ ਥੋੜ੍ਹਾ ਜਿਹਾ ਪ੍ਰੋਬਲਮ ਆਈ ਇਸ ਕਰਕੇ ਕਿ ਮੈਨੂੰ ਇੱਧਰ ਆਉਣਾ ਪਿਆ ਤਾਂ ਮੇਰੇ ਕੋਲ ਵਲੋਗ ਮਿਸ ਹੋ ਗਿਆ। ਅੱਗੇ ਮੈਨੂੰ ਦੀਪ ਕਹਿੰਦੇ ਜਦੋਂ ਮੈਂ ਐਡੀਟਿੰਗ ਕਰਦਾ ਸੀਗਾ ਉਦੋਂ ਡੇਲੀ ਵਲੋਗ ਆ ਰਹੇ ਸੀ, ਹੈ ਨਾ, ਹੁਣ ਤੈਨੂੰ ਖੁਦ ਨੂੰ ਐਡੀਟਿੰਗ ਕਰਨੀ ਪੈ ਰਹੀ ਹੈ ਅਤੇ ਹੁਣ ਵਲੋਗ ਵੀ ਜਲਦੀ ਜਲਦੀ ਨਹੀਂ ਆ ਰਹੇ। ਮੈਂ ਕੋਈ ਗੱਲ ਨਹੀਂ, ਅਸੀਂ ਡੇਲੀ ਡੇਲੀ ਵਲੋਗ ਸ਼ੁਰੂ ਕੀਤੇ ਹੋਏ ਆ ਅਤੇ ਪੈਣਗੇ, ਕਦੇ ਨਾ ਕਦੇ ਮਿਸ ਹੋ ਜਾਂਦਾ ਤਾਂ ਕਿਸੇ ਗੱਲ ਰੀਜ਼ਨ ਤੋਂ ਹੀ ਹੋਊਗਾ, ਕਿਉਂਕਿ ਅਮਨੀਤ ਵੀ ਬਹੁਤ ਤੰਗ ਕਰਦੀ ਆ ਇਸ ਕਰਕੇ ਵਲੋਗ ਥੋੜ੍ਹਾ ਜਿਹਾ, ਇਸ ਕਰਕੇ ਮਤਲਬ ਜ਼ਿਆਦਾ ਦੇਰ ਨਹੀਂ ਪੈਂਦੇ, ਵਿੱਚ ਵਿੱਚ ਛੱਡਣਾ ਹੀ ਪੈਂਦਾ ਵਲੋਗ। ਬਾਕੀ ਚਲੋ ਕੋਈ ਗੱਲ ਨਹੀਂ, ਮੈਂ ਕੋਸ਼ਿਸ਼ ਇਹੀ ਕਰੂੰਗੀ ਡੇਲੀ ਡੇਲੀ ਵਲੋਗ ਆਉਣ। ਅਵਨੀਤ ਹੁਣ ਆ ਰਹੀ ਹੈ ਅਤੇ ਇਸ ਤੋਂ ਬਾਅਦ ਦੇਖਦੇ ਹਾਂ ਅਵਨੀਤ ਕੀ ਕਰਦੀ ਹੈ। ਫਿਰ ਮੈਂ ਥੋੜ੍ਹਾ ਜਿਹਾ ਜਾਣਾ ਸਲੂਨ ਦਾ ਕੰਮ ਕਰਨ, ਬਟ ਇਹਨੇ ਮੈਨੂੰ ਜਾਣ ਨਹੀਂ ਦੇਣਾ, ਮੈਂ ਇਹ ਸੋਏਗੀ ਅਤੇ ਮੈਂ ਜਾਊਂਗੀ। ਹੁਣ ਇਹਨੇ ਸੋ ਆਪਣੀ ਨੀਂਦ ਪੂਰੀ ਕਰ ਲਈ ਹੈ ਅਤੇ ਬਾਕੀ ਚਲੋ ਅੱਗੇ ਦੇਖਦੇ ਹਾਂ, ਕੰਟੀਨਿਊ ਕਰਦੇ ਹਾਂ। ਸੋ ਲਓ ਵੀ ਹੁਣ ਆਪਾਂ ਪਹੁੰਚ ਗਏ ਹਾਂ ਪੁਰਤਗਾਲ ਲਿਸਬਨ ਦੇ ਵਿੱਚ ਅਤੇ ਫਰਾਂਸ ਨੂੰ ਹੁਣ ਆਪਾਂ ਥੋੜ੍ਹੇ ਦਿਨਾਂ ਲਈ ਕੀਤਾ ਬਾਏ ਬਾਏ ਅਤੇ ਹੁਣ ਲਿਸਬਨ ਦੇ ਵਿੱਚ ਤੁਹਾਨੂੰ ਆਉਣ ਵਾਲੇ ਵਲੋਗ ਮਿਲਣਗੇ। ਅਤੇ ਹੁਣ ਮੈਂ ਲਿਸਬਨ ਆ, ਲਿਸਬਨ ਤੋਂ ਗਾਂ ਮੇਰੀ ਬੱਸ ਫਲਿਕਸ ਬੱਸ ਆ ਅਤੇ ਇਹ ਹੁਣ ਗਾਂ ਚੱਲੀ ਐਲਬੂ ਫੇਰਾ ਅਤੇ ਵਲੋਗ ਦੇਖਣ ਵਾਲਾ ਜੇ ਕੋਈ ਐਲਬੂ ਫੇਰਾ ਆਊਗਾ ਤਾਂ ਐਲਬੂ ਫੇਰਾ ਮਿਲ ਸਕਦਾ। ਸੋ ਮਿਲਦੇ ਹਾਂ ਐਲਬੂ ਫੇਰੇ। ਹਾਂਜੀ ਅਤੇ ਸ਼ੋਪਿੰਗ ਜਿਹੜੀ ਆ ਉਹ ਅਸੀਂ ਕਾਰ ਆਏ ਸੀਗੇ, ਕੁਛ ਅਵਨੀਤ ਦੇ ਕੱਪੜੇ ਸੀਗੇ,
ਕਿਉਂ ਵੈਸੇ ਮੈਂ ਇੱਦਾਂ ਨਹੀਂ ਦਿਖਾਉਣਾ ਚਾਹੁੰਦੀ, ਮੈਂ ਪਾ ਕੇ ਹੀ ਦਿਖਾਊਂਗੀ। ਕੁਛ ਮੇਰੇ ਕੁੜਤੇ ਸੀਗੇ ਲੈਣ ਵਾਲੇ, ਹੁਣ ਮੇਰੇ ਕੋਲ ਇੰਨਾ ਮਾਰਕੀਟ ਨਹੀਂ ਜਾ ਜਾਂਦਾ, ਹੁਣ ਮੈਂ ਮੌਲ ਜਾਂਦੀ ਹਾਂ ਫਟਾਫਟ ਜਿਹੜੀ ਚੀਜ਼ ਚੱਕੀ ਲੈ ਲਈ, ਕਿਉਂਕਿ ਮਾਰਕੀਟ ਜਾਣਾ ਅਵਨੀਤ ਨਾਲ ਤਾਂ ਬਹੁਤ ਮੁਸ਼ਕਲ ਹੈ। ਹਜੇ ਮੈਂ 2-3 ਚੀਜ਼ਾਂ ਲੈਣ ਆਈ ਸੀਗੀ ਕਿ ਚੱਲ ਹੋ ਜਾਏਗਾ ਕੰਮ, ਪਰ ਮਾਰਕੀਟ ਅੱਗੇ ਹੋਰ ਜਾਣਾ ਸੀਗਾ, ਉਹ ਅਵਨੀਤ ਨੇ ਮੈਨੂੰ ਜਾਣ ਦੇਣਾ ਨਹੀਂ। ਅਤੇ ਮੰਮੀ ਕਹਿੰਦੇ ਸੋਏਗੀ ਅਤੇ ਜਾਵਾਂਗੇ, ਤੁਸੀਂ ਸੌਣ ਦੀ ਹਾਲਤ ਉਹਦੀ ਦੇਖ ਹੀ ਸਕਦੇ ਹਾਂ, ਤੁਸੀਂ ਸਮਝ ਸਕਦੇ ਹਾਂ ਵੀ ਇਹਨੂੰ ਕਿੰਨੀ ਦੇਰ 'ਚ ਨੀਂਦ ਆਏਗੀ। ਹਾਂਜੀ ਤੁਸੀਂ ਨੀਂਦ ਨਹੀਂ ਕਰਦੇ? ਲਓ ਜੀ, ਇੱਥੇ ਨਹੀਂ ਸੋਚਦਾ, ਬੈੱਡ 'ਤੇ ਸੋਚਦਾ ਭਾਵਾ ਜੀ, ਬੈੱਡ 'ਤੇ। ਅਤੇ ਬਾਕੀ ਇਹਦੇ ਜਿਹੜੇ ਕੱਪੜੇ ਆ, ਮੈਂ ਤੁਹਾਨੂੰ ਜ਼ਿਆਦਾ ਵੇਅਰ ਕਰਕੇ ਹੀ ਦਿਖਾਊਂਗੀ। ਅਤੇ ਬਾਕੀ ਅੱਜ ਮੈਂ ਕੱਲ੍ਹ ਮੌਲ 'ਚ ਵੀ ਤੁਹਾਨੂੰ ਦਿਖਾ ਵਲੋਗ ਨਹੀਂ ਬਣਾ ਪਾਈ, ਕਿਉਂਕਿ ਅਵਨੀਤ ਕਰਕੇ ਮੈਨੂੰ ਇਹ ਹੁੰਦਾ ਕਿ ਜਿੰਨੀ ਜਲਦੀ ਸ਼ੋਪਿੰਗ ਹੋਈ ਹੈ ਤਾਂ ਜਾਈਏ ਘਰੇ, ਅਤੇ ਬਹੁਤ ਤੰਗ ਕਰਨ ਲੱਗ ਗਈ ਆ ਹੁਣ ਇਹਨੂੰ, ਸ਼ਾਇਦ ਮੈਂ ਮਾਰਕੀਟ 'ਚੋਂ ਨਹੀਂ ਨਾਲ ਲੈ ਕੇ ਜਾਵਾਂ, ਬਟ ਇਹ ਸੌਣ ਦੀ ਹਾਲਤ ਦੇਖ ਹੀ ਰਹੋ, ਕਦੀ ਉੱਧਰ ਕਦੀ ਇੱਧਰ, ਇਹਨੇ ਮੇਰੇ ਕੋਲ ਮਾਰ ਖਾਣੀ ਹੈ, 2 ਚਪੇੜਾ ਪੈਣੀ ਹੈ, ਨਾਲੇ ਅਵਨੀਤ ਨੂੰ ਨੀਂਦ ਆਏ ਨੇ। ਕਿੰਨੇ ਲਿਆ, ਕੌਣ ਲੈ ਕੇ ਆਇਆ ਨਵਾਂ ਸੂਟ? ਆਪਣੇ ਪਾਪਾ ਨੂੰ ਦੱਸ ਰਹੀ ਆ ਵੀ ਮੈਂ ਨਵਾਂ ਸੂਟ ਲੈ ਕੇ ਆਈ ਹਾਂ। ਚਲੋ ਅੰਦਰ ਰੱਖੀਏ, ਨਹੀਂ ਤਾਂ ਹੁਣ ਇਹਦਾ ਕੰਮ ਹੋ ਜਾਣਾ, ਇਹਨੇ ਖਰਾਬ ਕਰ ਦੇਣੇ ਕੱਪੜੇ, ਗੰਦੇ ਮੰਦੇ ਕਰ ਦੇਗੀ। ਬਾਕੀ ਚਲੋ, ਬਾਕੀ ਅੱਜ ਦਾ ਵਲੋਗ ਅਸੀਂ ਇੱਥੇ ਹੀ ਐਂਡਿੰਗ ਕਰਦੇ ਹਾਂ, ਹੁਣ ਅਸੀਂ ਕੱਲ੍ਹ ਜਾਣਾ ਵਿਆਹ 'ਤੇ, ਮੈਂ ਤੁਹਾਨੂੰ ਵਿਆਹ ਦਾ ਵਲੋਗ ਦਿਖਾਊਂਗੀ ਕਿ ਵਿਆਹ ਸਾਡਾ ਕਿਵੇਂ ਦਾ ਰਿਹਾ। ਹੁਣ ਅਸੀਂ ਬਸ ਇੱਥੇ ਹੀ ਅੱਜ ਦੇ ਵਲੋਗ ਦੀ ਐਂਡਿੰਗ ਕਰਦੇ ਹਾਂ। ਖੁਸ਼ ਰਹੋ, ਆਬਾਦ ਰਹੋ, ਜਾਂ ਵੀ ਰਹੋ, ਆਪਣੇ ਸੱਜਣ ਸਿਓਕੇ ਪਾਸ ਰਹੋ। ਬਾਕੀ ਦੀਪ ਨੂੰ ਜਾਣਾ ਪੈ ਗਿਆ ਫਰਾਂਸ ਤੋਂ ਪੁਰਤਗਾਲ, ਮੈਂ ਦੱਸਿਆ ਹੀ ਹੈ ਕਿਸ ਰੀਜ਼ਨ ਕਰਕੇ, ਅਤੇ ਉਹ ਮੈਂ ਦੱਸ ਦੂੰਗੀ। ਬਾਕੀ ਉਹਨਾਂ ਨੂੰ ਜਾਣਾ ਪਿਆ ਅਤੇ ਉਹਨਾਂ ਕੋਲੋਂ ਜ਼ਿਆਦਾ ਵਲੋਗ ਨਹੀਂ ਲਿਆ ਹੋਇਆ, ਜਿੰਨਾ ਕੁ ਕਲਿੱਪ ਲਿਆ ਹੋਇਆ ਉਹਨਾਂ ਕੁ ਉਹਨਾਂ ਨੇ ਐਡ ਕਰਵਾ ਦਿੱਤਾ, ਅਤੇ ਬਾਕੀ ਐਡੀਟਿੰਗ ਮੈਂ ਖੁਦ ਹੀ ਕਰਦੀ ਹਾਂ, ਤੁਸੀਂ ਸਮਝ ਸਕਦੇ ਹਾਂ। ਚਲੋ ਬਾਕੀ ਅੱਗੇ ਜਾ ਕੇ ਕੰਟੀਨਿਊ ਕਰਦੇ ਹਾਂ ਕੱਲ੍ਹ।